ਸਤਿ ਸ਼੍ਰੀ ਅਕਾਲ ਜੀ, ਵੈਲਕਮ ਆ ਜੀ ਤੁਹਾਡਾ ਮੇਰੇ ਚੈਨਲ ਬੀ ਸਟਾਈਲਿਸ਼ 'ਤੇ। ਅਤੇ ਅੱਜ ਆਪਾਂ ਫਿਰ ਤੁਹਾਡੇ ਨਾਲ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਸ਼ੇਅਰ ਕਰਨ ਲੱਗੇ ਹਾਂ। ਸੋ ਇਹ ਜਿਵੇਂ ਅਸੀਂ ਮਸ਼ੀਨ ਐਮਬਰਾਇਡਰੀ ਦੇ ਡਿਜ਼ਾਈਨ ਹੈ ਤੁਹਾਡੇ ਨਾਲ, ਅਲੱਗ ਅਲੱਗ ਤਰ੍ਹਾਂ ਦੀ ਜਿਵੇਂ ਡਿਜ਼ਾਈਨਸ ਅਸੀਂ ਸ਼ੇਅਰ ਕਰਦੇ ਹਾਂ, ਉਹਦੇ ਵਿੱਚ ਪਾਦਲਾ ਵਰਕ ਵੀ ਹੁੰਦਾ, ਮਸ਼ੀਨ ਥਰੈਡ ਐਮਬਰਾਇਡਰੀ ਵੀ ਹੁੰਦੀ ਹੈ, ਤਿੱਲਾ ਐਮਬਰਾਇਡਰੀ ਵੀ ਹੁੰਦੀ ਹੈ। ਸੋ ਅਸੀਂ ਮਿਕਸਚਰ ਹੈ ਜਿਹੜਾ ਸਾਰੇ ਐਮਬਰਾਇਡਰੀਜ਼ ਦਾ, ਜਿਵੇਂ ਇੱਕ ਡਿਜ਼ਾਈਨ ਦੇ ਵਿੱਚ ਪਾਉਣੇ ਹਾਂ ਤਾਂ ਬਹੁਤ ਹੀ ਯੂਨੀਕ ਜਿਹਾ ਕਲਰ ਕੰਸੈਪਟ ਆ ਜਿਹੜਾ ਬਣਦਾ ਹੈਗਾ। ਸੋ ਡਿਜ਼ਾਈਨ ਦਾ ਜਿਹੜਾ ਡਿਫਰੈਂਟ ਜਿਹੜਾ ਡਿਜ਼ਾਈਨ ਬਣ ਕੇ ਆਉਂਦਾ। ਸੋ ਅਸੀਂ ਜਿਵੇਂ ਜਿਵੇਂ ਵੀ ਡਿਜ਼ਾਈਨਸ ਆ ਜਿਹੜੇ ਬਣਾ ਰਹੇ ਹਾਂ ਜੀ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ, ਸੋ ਕਈ ਰਿਪੀਟਿਡ ਵੀ ਡਿਜ਼ਾਈਨਸ ਆ ਜਿਹੜੇ ਬਣ ਰਹੇ ਹੈਗੇ ਆ। ਸੋ ਜਿਵੇਂ ਵੀ ਤੁਸੀਂ ਬਣਾਉਣਾ ਹੈਗਾ, ਕਲਰ ਚੇਂਜ ਕਰਨਾ ਜਾਂ ਐਜ਼ ਇਟ ਇਜ਼ ਬਣਾਉਣਾ, ਤੁਸੀਂ ਉਸਦਾ ਸਕਰੀਨਸ਼ੋਟ ਲੈ ਕੇ ਪਲੀਜ਼ ਭੇਜਿਆ ਕਰੋ। ਵੀਡੀਓ ਲਿੰਕ ਨਾ ਭੇਜਿਆ ਕਰੋ, ਕਿਉਂਕਿ ਇੰਨਾ ਟਾਈਮ ਨਹੀਂ ਹੁੰਦਾ ਕਿ ਵੀਡੀਓ ਲੱਭ ਕੇ ਉਹਦੇ ਵਿੱਚ ਫਿਰ ਦੋ ਤਿੰਨ ਸੂਟਸ ਹੁੰਦੇ ਆ, ਇਹ ਨਹੀਂ ਪਤਾ ਚੱਲਦਾ ਕਿ ਤੁਸੀਂ ਕਿਹਦਾ ਪ੍ਰਾਈਸ ਪੁੱਛਦੇ ਹੋ। ਤੁਸੀਂ ਹਮੇਸ਼ਾ ਸਕਰੀਨਸ਼ੋਟ ਲੈ ਕੇ ਉਹਦਾ ਮੈਨੂੰ ਸਕਰੀਨਸ਼ੋਟ ਭੇਜਿਆ ਕਰੋ, ਔਰ ਪ੍ਰਾਈਜ਼ ਆ ਜਿਹੜਾ ਪੁੱਛ ਸਕਦੇ ਹੋ, ਔਰ ਅਗਰ ਤੁਹਾਨੂੰ ਪ੍ਰਾਈਜ਼ ਠੀਕ ਲੱਗਦਾ ਦੈਨ ਤੁਸੀਂ ਔਡਰ ਆ ਜਿਹੜਾ ਆਪਣਾ ਫਾਈਨਲ ਕਰ ਸਕਦੇ ਹੋ। ਔਰ ਔਡਰ ਪਲੇਸ ਕਰਨ ਲਈ ਜੀ ਆਪਣਾ ਵਟਸਐਪ ਨੰਬਰ ਹੈਗਾ 7589231377 'ਤੇ ਜਾ ਕੇ ਤੁਸੀਂ ਜਿਹੜਾ ਵਟਸਐਪ 'ਤੇ ਮੈਸੇਜ ਕਰ ਸਕਦੇ ਹੋ। ਪਲੀਜ਼ ਕਾਲਸ ਨਾ ਕਰਿਆ ਕਰੋ, ਕਿਉਂਕਿ ਜਿਹੜੀਆਂ ਕਾਲਸ ਆ ਜਿਹੜੀਆਂ ਅਟੈਂਡ ਨਹੀਂ ਹੁੰਦੀਆਂ। ਸੋ ਇਹ ਹੈਗਾ ਜੀ ਪਿੰਟੈਕਸ ਵਿਦ ਪਾਲਾ ਵਰਕ। ਇਹ ਦੇਖੋ ਅਸੀਂ ਪਿੰਟੈਕਸ ਪਾਏ ਹੋਏ ਆ। ਪਹਿਲਾਂ ਅਸੀਂ ਜਿਵੇਂ ਸਟੱਫ ਦੇ ਉੱਪਰ ਪਿੰਟੈਕਸ ਪਾਉਣੇ ਆ, ਫਿਰ ਉੱਪਰ ਆ ਜਿਹੜਾ ਅਸੀਂ ਛਪਾਈ ਕਰਦੇ ਹਾਂ ਕੋਈ ਵੀ ਡਿਜ਼ਾਈਨ ਦੀ, ਔਰ ਫਿਰ ਅਸੀਂ ਜਿਹੜਾ ਵਰਕ ਕਰਦੇ ਹਾਂ। ਸੋ ਇਹ ਬਹੁਤ ਹੀ ਪਿਆਰਾ ਵਰਕ ਹੈ। ਇੱਧਰ ਜਿਵੇਂ ਵੱਡਾ ਫਲਾਰ ਆ ਗਿਆ, ਉੱਪਰ ਆ ਜਿਹੜਾ ਬੂਟੀ ਆ ਗਈ, ਜਿਹੜਾ ਪੈਨਲ ਦੇ ਵਿੱਚ ਇਹ ਲਾਈਨਸ ਜਾਂਦੀਆਂ ਹੈਗੀਆਂ ਪਿੰਟੈਕਸ ਦੇ ਵਿੱਚ ਬਾਦਲਾਂ ਦੀਆਂ ਹੀ। ਸੋ ਇਹ ਬਾਦਲਾਂ ਦਾ ਹੀ ਵਰਕ ਹੈ। ਸੋ ਇਹ ਸਾਰਿਆਂ ਦਾ ਇਹ ਲਾਈਟ ਜਿਵੇਂ ਕੋਪਰ ਲਾਈਟ ਸਕਿਨ ਗੋਲਡਨ ਜਿਹੜਾ ਸ਼ੇਡ ਆ ਜਾਂਦਾ, ਕਿਉਂਕਿ ਜਿਹੜਾ ਗੋਲਡਨ ਹੈਗਾ ਉਹ ਇੰਨਾ ਅੱਛਾ ਨਹੀਂ ਲੱਗਦਾ ਜਦੋਂ ਅਸੀਂ ਐਮਬਰਾਇਡਰੀ ਕਰਦੇ ਹਾਂ, ਵਾਈਟ ਵੀ ਅੱਛਾ ਨਹੀਂ ਲੱਗਦਾ। ਸੋ ਜਿਹੜਾ ਇਹ ਬਾਦਲੇ ਦਾ ਕਲਰ ਹੈਗਾ ਇਹ ਬਹੁਤ ਬੈਸਟ ਹੈ, ਇਸੇ ਲਈ ਅਸੀਂ ਸਾਰੇ ਜਿਹੜੇ ਸ਼ੇਡਸ 'ਤੇ ਜ਼ਿਆਦਾਤਰ ਸਾਡੇ ਯੂਜ਼ ਹੁੰਦਾ। ਲਾਈਟ ਗੋਲਡਨ ਨਹੀਂ ਕਹਿ ਸਕਦੇ, ਉਹਨੂੰ ਕੋਪਰ ਗੋਲਡਨ ਕਹਿ ਸਕਦੇ ਹੋ। ਉਸ ਤਰ੍ਹਾਂ ਅਸੀਂ ਜਿਹੜੇ ਇਹਦੇ ਪੋਰਟਲੀ ਬਟਨ ਦਿੱਤੇ ਹੋਏ ਆ, ਬਹੁਤ ਹੀ ਜਿਹੜੇ ਬਿਲਕੁਲ ਨੇੜੇ ਨੇੜੇ ਅਸੀਂ ਪੋਰਟਲੀ ਬਟਨ ਦਿੱਤੇ ਹੋਏ ਆ, ਹੈਵੀ ਲੁੱਕ ਆਉਂਦੀ ਹੈ। ਸੋ ਇਹਦੀ ਜਿਹੜੀ ਪ੍ਰੋਪਰ ਲੁੱਕ ਹੈਗੀ ਆ, ਕਿਉਂਕਿ ਸਟਿਚ ਹੋਣ ਤੋਂ ਬਾਅਦ ਆ ਜਿਹੜੇ ਤੁਹਾਡੀ ਜਿਹੜੀ ਗ੍ਰੇਸ ਦੀ ਸੂਟ ਦਾ ਗ੍ਰੇਸ ਕੀ ਬਣਦਾ, ਕਿੰਨਾ ਹੈਵੀ ਲੱਗਦਾ, ਇਹ ਸਟਿਚਿੰਗ ਹੋਣ ਤੋਂ ਬਾਅਦ ਹੀ ਪਤਾ ਲੱਗਦਾ। ਸੋ ਇਹਦੇ ਬੈਕ 'ਤੇ ਵੀ ਅਸੀਂ ਇਹਨੂੰ ਥੋੜ੍ਹਾ ਜਿਹਾ ਸਟਾਈਲਿਸ਼ ਕਰਨ ਲਈ ਬੈਕ 'ਤੇ ਵੀ ਪਿੰਟੈਕਸ ਵਿਦ ਲਾਈਨਸ ਆ ਜਿਹੜੀਆਂ ਆਉਂਦੀਆਂ। ਸੋ ਇਹ ਹੋ ਗਿਆ ਜੀ ਸ਼ਰਟ, ਔਰ ਇਹਦੇ ਨਾਲ ਆ ਜਿਵੇਂ ਅਸੀਂ ਦੁਪੱਟਾ ਚਨੌਨ ਦਾ ਲਾ ਕੇ ਵਿਦ ਚੰਪਾ, ਔਰ ਜਿਹੜੀ ਲੇਸ ਦਿੱਤੀ ਹੋਈ ਹੈ ਬਹੁਤ ਹੀ ਪਿਆਰੀ ਜੀ, ਜਿਵੇਂ ਬਾਦਲੇ ਦੇ ਵਿੱਚ ਸ਼ਾਈਨ ਹੈ। ਸੋ ਅਸੀਂ ਉਸ ਤਰ੍ਹਾਂ ਹੀ ਜਿਵੇਂ ਵੀ ਵਰਕ ਦੇ ਨਾਲ ਆ ਜਿਹੜੀ ਲੇਸ ਸੂਟ ਕਰਦੀ ਆ, ਅਸੀਂ ਉਵੇਂ ਹੀ ਜਿਹੜੀ ਲੇਸ ਦਿੰਦੇ ਹਾਂ। ਸੋ ਇਹ ਚਨੌਨ ਦੁਪੱਟੇ ਦੇ ਨਾਲ ਲੇਸਿਸ ਆ ਗਈਆਂ। ਔਰ ਦੂਸਰਾ ਹੈਗਾ ਜੀ ਇਹ ਸਕਾਈ ਸ਼ੇਡ ਹੈ, ਔਰ ਇਹ ਅਸੀਂ ਜਿਹੜੀ ਐਮਬਰਾਇਡਰੀ ਹੈ ਪਹਿਲਾਂ ਤੁਹਾਡੇ ਨਾਲ ਪਿੰਕ ਸੂਟ 'ਤੇ ਸ਼ੇਅਰ ਕੀਤੀ ਹੈ। ਸੋ ਉਹਦੇ ਨਾਲ ਦਾ ਜਿਹੜਾ ਸਕਾਈ ਸੇਮ ਬਣਿਆ ਹੈਗਾ, ਇਹਦੇ ਨੀਚੇ ਜਿਵੇਂ ਅਸੀਂ ਵਰਕ ਕਰਦੇ ਹਾਂ। ਸੋ ਉੱਪਰ ਹੈ ਇਹ ਜਿਹੜਾ ਗੋਟਾ, ਤਿੱਲਾ, ਡੋਰੀ ਵਰਕ, ਹਰ ਇੱਕ ਤਰ੍ਹਾਂ ਦਾ ਜਦੋਂ ਵਰਕ ਹੁੰਦਾ ਅਲੱਗ ਅਲੱਗ ਕਾਰੀਗਰਸ ਕੋਲ ਜਾਂਦਾ ਤਾਂ ਕੋਸਟਲੀ ਹੋ ਜਾਂਦਾ। ਸੋ ਇਹ ਬਹੁਤ ਹੀ ਪਿਆਰਾ, ਅਗਰ ਤੁਸੀਂ ਹੈਵੀ ਜਿਹੜਾ ਪਾਰਟੀ ਵੀਅਰ ਸੂਟ ਮਸ਼ੀਨੀ ਵਰਕ ਦੇ ਵਿੱਚ, ਸਪੈਸ਼ਲੀ ਮਸ਼ੀਨੀ ਵਰਕ ਦੇ ਵਿੱਚ ਜਿਹੜੇ ਪਾਰਟੀ ਵੀਅਰ ਸੂਟਸ ਬਣਾ ਸਕਦੇ ਹੋ, ਕਿਵੇਂ ਤੁਸੀਂ ਉਹੀ ਮੈਂ ਜਿਵੇਂ ਅੱਜ ਦਿਖਾ ਰਹੀ ਹਾਂ, ਇਹ ਪੂਰੇ ਤੁਸੀਂ ਪਾਰਟੀ ਦੇ ਵਿੱਚ ਵੀਅਰ ਕਰ ਸਕਦੇ ਹੋ। ਇਹ ਨਹੀਂ ਹੈਗਾ ਕਿ ਮਸ਼ੀਨ ਐਮਬਰਾਇਡਰੀ ਆ ਤਾਂ ਤੁਸੀਂ ਜਿਹੜੇ ਇਹ ਸੂਟਸ ਹੈਗੇ ਆ ਪਾਰਟੀ 'ਚ ਵੀਅਰ ਨਹੀਂ ਕਰ ਸਕਦੇ, ਕਿਉਂਕਿ ਸਪੈਸ਼ਲੀ ਇਹ ਹੁੰਦਾ ਨਾ ਕਿ ਹੈਂਡਵਰਕ ਹੀ ਅਸੀਂ ਜਿਹੜੇ ਪਾਰਟੀਜ਼ ਦੇ ਵਿੱਚ ਪਾ ਸਕਦੇ ਹਾਂ। ਸੋ ਇਹ ਜਿਹੜਾ ਗੋਟਾ ਵਰਕ ਹੈ, ਤਿੱਲਾ ਵਰਕ ਹੈ, ਡੋਰੀ ਵਰਕ ਹੈ, ਸੋ ਇਹ ਬਿਲਕੁਲ ਅਲੱਗ ਜਿਹੜੀ ਲੁੱਕ ਦਿੰਦਾ। ਇਹ ਜਿਹੜਾ ਸਪੈਸ਼ਲ ਜਿਹੜੀ ਗੋਲਡਨ ਤਾਰ ਆਉਂਦੀ ਉਹਦੇ ਨਾਲ ਵਰਕ ਕੀਤਾ ਹੋਇਆ ਗੋਟਾ ਹੈ, ਡੋਰੀ ਵਰਕ ਹੈ, ਔਰ ਨੀਚੇ ਇਹਨੂੰ ਕਲਰ ਅਸੀਂ ਪੱਤੀਆਂ ਦਾ ਵੀ ਕਲਰ ਦਿੱਤਾ ਹੋਇਆ ਔਰ ਵਿੱਚ ਫਲਾਰ ਵੀ ਦਿੱਤਾ ਹੋਇਆ। ਸੋ ਇਹਦਾ ਬਹੁਤ ਹੀ ਬਿਊਟੀਫੁੱਲ ਜਿਹਾ ਕੰਸੈਪਟ ਹੈਗਾ ਜੀ। ਇਹ ਤੁਸੀਂ ਪਾਰਟੀ ਵੀਅਰ ਜਿਵੇਂ ਰੈਡੀ ਕਰਵਾ ਸਕਦੇ ਹੋ, ਪਿਓਰ 'ਤੇ ਵੀ ਕਰਵਾ ਸਕਦੇ ਹੋ, ਸੈਮੀ 'ਤੇ ਵੀ ਕਰਵਾ ਸਕਦੇ ਹੋ। ਇਹਦੇ ਨਾਲ ਅਸੀਂ ਦੁਪੱਟਾ ਜਿਹੜਾ ਬਹੁਤ ਹੀ ਪਿਆਰਾ ਜਿਵੇਂ ਬਣਾਇਆ ਹੈਗਾ, ਇਹ ਦੇਖੋ ਉੱਪਰ ਇਹਨੂੰ ਲੇਸ ਲੱਗੀ ਹੋਈ ਆ, ਨੀਚੇ ਅਸੀਂ ਡੋਪਿਨ ਦਾ ਲੇਸ ਦੇ ਕੇ ਥਰੈਡ ਨਾਲ ਦਾ। ਸੋ ਇਹਦਾ ਬਹੁਤ ਹੀ ਪਿਆਰਾ ਕਲਰ ਕੰਬੀਨੇਸ਼ਨ ਹੈ, ਬਹੁਤ ਹੀ ਪਿਆਰਾ ਜਿਹੜਾ ਗੋਟਾ ਦਿੱਤਾ ਹੋਇਆ,
और ये हैगा जी पिंक सूट जॉर्जेट दे विच है। सो यह जिमें वाइट एम्ब्रॉयडरी है नीचे और फिर उपर आ जिहड़ा पैनल जाता है आरी वर्क है विद मशीन वर्क है। सो फिर है जिहड़ा वाइट वर्क आता है। सो बहुत ही प्यारा जिहा लुक इहदी हैगी है। और बाजू ते भी जिवें इह बहुत ही डिफरेंट जिहा स्टाइल है इहदा। सो इहदे नाल भी असीं इहनूं वाइट लेस दे के दुपट्टे नूं फिनिश कीता होया इस तरह, क्योंकि असीं कोई भी डिज़ाइन हैगा उहदे अकॉर्डिंग ही दुपट्टा लाउने आ, उहदे अकॉर्डिंग ही मैं तुहानूं प्राइस दस्सदी हाँ। सो अज जिवें तुसीं कोई भी सूट दा स्क्रीनशॉट भेजोगे उहदे अकॉर्डिंग जिवें असीं इस सूट दे विच दुपट्टा लाया होया, चनौन दा लाया होया, टैबी दा लाया होया, सो असीं उस तरह ही मैं तुहानूं रेट्स आ जिहड़े दस्सूंगी। सो तुसीं मैनूं स्क्रीनशॉट भेजा करो जी, और मैं दोबारा फिर दस दिनी हाँ अपने कंटैक्ट करने लिए जी वट्सएप नंबर हैगा 7589231377 ਤੇ ਜਾ ਕੇ ਕਿਸੇ ਵੀ ਸੂਟ ਦਾ ਜਿਹੜਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਰਡਰ ਆਪਣਾ ਫਾਈਨਲ ਕਰ ਸਕਦੇ ਹੋ, ਪ੍ਰਾਈਸ ਜਾਣ ਸਕਦੇ ਹੋ। ਸੋ ਇਸੇ ਤਰ੍ਹਾਂ ਜੀ ਆਪਾਂ ਨਵੇਂ ਨਵੇਂ ਡਿਜ਼ਾਈਨਸ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ, ਔਰ ਜ਼ਰੂਰ ਫੀਡਬੈਕ ਦਿਆ ਕਰੋ ਸਾਰਿਆਂ ਦੇ ਆਰਡਰਸ ਆ ਜਿਹੜੇ ਬਣ ਰਹੇ ਆ ਜੀ। ਕਈਆਂ ਦੇ ਆਰਡਰਸ ਆ ਜਿਹੜੇ ਇੱਕ ਦੋ ਮੇਰੇ ਤੋਂ ਕਾਫੀ ਲੇਟ ਹੋਏ ਆ, ਸੋ ਮੈਂ ਸੌਰੀ ਫੀਲ ਕਰਦੀ ਹਾਂ, ਕਿਉਂਕਿ ਕੁਛ ਕੁ ਮੌਸਮ ਦੀ वजह नाल आ जिहड़े ऑर्डर लेट हुए आ, क्योंकि डाई वगैरह प्रॉपर नहीं हो रहे। और सानू ये हुंदा है कि जिनों जिस भी कलर ते तुसी सूट ऑर्डर किया सेम उसे शेड ते जिहड़ा असी ऑर्डर बनाईए। सो कई बार मौसम की वजह नाल ये होया है कि सूट जिहड़े दोबारा डाई हुंदे आ फिर चर्क हुंदे आ। सो ये 8 हफ्ता 10 दिन का प्रोसीजर हुंदा है जिहड़ा सूट तुहाडे कोले आउंदा है, फिर असी वर्क करदे आ, फिर स्टिचिंग वाले कोले जांदा। सो काफ़ी टाइम लग जांदा है। सो आपां अगे तो कोशिश करांगे तुहानूं टाइम ते सूट्स आ जिहड़े रेडी करके देवांगे। सो इसे तरह जी बने रहो मेरे चैनल बी स्टाइलिश ते। वीडियो वॉच करन लई बहुत बहुत थैंक यू जी, थैंक यू सो मच।